ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਹ ਸਾਰੇ ਵਧੀਆ ਹੋਣੇ ਆ ਜੀ ਮੇਰਾ ਨਾਮ ਸਾਹਿਲ ਹੈ ਅਤੇ ਮੈਂ ਜੀ ਨਿਊਜ਼ੀਲੈਂਡ ਤੋਂ ਅਤੇ ਅੱਜ ਸਵੇਰ ਦਾ ਮੇਰਾ ਸ਼ੈਡਿਊਲ ਸੀਗਾ ਕਿ ਮੈਂ ਮੋਰਨਿੰਗ 'ਚ ਸਵੇਰੇ ਸਵੇਰੇ ਗੁਰਦੁਆਰੇ ਗਿਆ ਅੱਜ ਸੰਡੇ 'ਚ ਇੱਥੇ ਅਤੇ ਮੈਂ ਜਿਹੜੀ ਹੈਗੀ ਫਿਲਮ ਵੇਖਣ ਜਾ ਰਹੇ ਸੀ ਅੱਜ ਐਨੀਮਲ ਕਿਉਂਕਿ ਉਹਦੇ ਰਿਵਿਊ ਬੜੇ ਵਧੀਆ ਆ ਰਹੇ ਸੀ ਫਿਲਮ ਦੇ ਅਤੇ ਦੋ ਦਿਨ ਪਹਿਲਾਂ ਤਾਂ ਮੈਂ ਟਿਕਟ ਜਿਹੜੀ ਟਰਾਈ ਕਰ ਰਿਹਾ ਸੀ ਐਨੀਮਲ ਦੀ ਇੱਥੇ ਵੀ ਜਿਹੜੀ ਟਿਕਟ ਨਹੀਂ ਮਿਲ ਰਹੀ ਐਨੀਮਲ ਦੀ ਅਤੇ ਮੈਂ ਪੂਰੇ ਰਿਵਿਊ 'ਚ ਵੀ ਚੈੱਕ ਕੀਤੇ ਫਿਲਮ ਦੇ ਅਤੇ ਕਹਿੰਦੇ ਬੜੇ ਵਧੀਆ ਰਿਵਿਊ ਹੈ ਅਤੇ ਹੁਣ ਮੈਂ ਜਾ ਰਿਹਾ ਜੀ ਮੂਵੀ ਦੇਖਣ ਲਈ ਐਨੀਮਲ ਅਤੇ ਹੋਪ ਜਿਹੜੀ ਫਿਲਮ ਅੱਜ ਬੜੀ ਵਧੀਆ ਹੋਏਗੀ ਕਿਉਂਕਿ ਇਹਨੂੰ ਹਾਈ ਬੜੀ ਬਣੀ ਹੋਈ ਫਿਲਮ ਦੀ ਅਤੇ ਸਪੈਸ਼ਲੀ ਜਿਹੜੇ ਫਿਲਮ ਦੇ ਗਾਣੇ ਆ ਉਹ ਬੜੇ ਸੋਹਣੇ ਆ ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਸਿੱਧਾ ਜੀ ਸਿਨੇਮੇ ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਫਿਲਮ ਕਿੱਦਾਂ ਦਾ ਮਾਹੌਲ ਹੈ ਕਿੱਦਾਂ ਨਹੀਂ ਅੱਜ ਲੈਟਸ ਗੋ ਐਂਡ ਵਾਚ ਦਾ ਮੂਵੀ ਫਸਟ ਅਤੇ ਜੀ ਮੈਂ ਐਨੀਮਲ ਮੂਵੀ ਦੇਖਣ ਲਈ ਆ ਗਿਆ ਮਾਲ ਇੱਥੇ ਜਿਹੜਾ ਈਵੈਂਟ ਸਿਨੇਮਾਸ ਬਣਿਆ ਮਾਲ ਦੇ ਅੰਦਰ ਅਤੇ ਬੜਾ ਹੀ ਫੇਮਸ ਸਿਨੇਮਾ ਅਤੇ ਸਾਰੇ ਇੱਥੇ ਮੂਵੀ ਜਿਹੜੀਆਂ ਲੱਗਦੀਆਂ ਇੱਥੇ ਹਮੇਸ਼ਾ ਇੱਥੇ ਚੱਕਰ ਕੇ ਇੰਡੀਅਨ ਮੂਵੀਜ਼ ਬੜੀਆਂ ਘੱਟ ਲੱਗਦੀ ਵੈਸੇ ਤਾਂ ਇੱਥੇ ਮਤਲਬ ਕਿ ਲਾ ਲਓ ਤੁਸੀਂ ਵੀ ਵੰਸ ਇਨ ਅ ਵਾਈਲ ਕੋਈ ਮੂਵੀ ਜਿਹੜੀ ਜ਼ਿਆਦਾ ਫੇਮਸ ਹੋਈ ਉਹ ਮੂਵੀ ਇੱਥੇ ਲੱਗਦੀ ਹਮੇਸ਼ਾ ਮਾਲ ਦੇ ਵਿੱਚ ਅਤੇ ਮੈਂ ਜਿਹੜੀ ਕੱਲ੍ਹ ਤੋਂ ਜਿਹੜੀ ਟਿਕਟ ਟਰਾਈ ਕਰ ਰਿਹਾ ਸੀ ਜਿਹੜਾ ਟਿਕਟ ਤਾਂ ਨਹੀਂ ਮਿਲ ਰਹੀ ਸੀ ਕਿਉਂਕਿ ਮੂਵੀ ਬੜੀ ਜ਼ਿਆਦਾ ਫੇਮਸ ਹੋਈ ਪਈ ਤੁਹਾਨੂੰ ਪਤਾ ਵੀ ਇੰਡੀਆ ਦੀ ਬੜੀ ਹਾਈ ਹੋਪ ਬਣ ਗਈ ਆਉਂਦੀ ਮੂਵੀ ਦੀ ਅਤੇ ਕਹਿੰਦੇ ਆ ਸਾਰੇ ਸੀਟਾਂ ਕੱਲ੍ਹ ਵੀ ਫੁੱਲ ਆ ਰਹੀਆਂ ਸੀ ਇੱਥੇ ਸਿਰਫ 3 ਸ਼ੋਅ ਸੀਗੇ 2 ਦਿਨਾਂ ਦੇ ਵਿੱਚ ਪਰ ਜਿਹੜੇ ਟਿਕਟਾਂ ਬਹੁਤ ਜ਼ਿਆਦਾ ਫੁੱਲ ਹੋ ਗਈਆਂ ਤਾਂ ਕਰਕੇ ਉਹਨਾਂ ਨੂੰ 3 ਦੀ ਜਾਂ 4 ਸ਼ੋਅ ਕਰਨੇ ਪੈ ਗਏ ਸੰਡੇ ਨੂੰ ਇਸ ਤੋਂ ਬਾਅਦ ਇੱਕ ਸ਼ੋਅ ਵਾਲੇ ਹੋਰ ਵੀ ਹੈਗਾ ਅਤੇ ਇੱਕ ਜਿਹੜਾ ਸ਼ੋਅ ਸੀ ਉਹ ਸੀ 5:45 ਦਾ ਸ਼ਾਮ ਦਾ ਅਤੇ ਦੂਜਾ ਜਿਹੜਾ ਸ਼ੋਅ ਸੀਗਾ ਹੋ ਗਿਆ 7:45 ਦਾ ਮੈਂ ਜਿਹੜਾ 5:45 ਦਾ ਸ਼ੋਅ ਜਿਹੜਾ ਵੇਖਣ ਚੱਲਿਆ ਮੈਂ ਮੇਰੀ ਟਿਕਟ ਆਪਣੀ ਔਨਲਾਈਨ ਕੱਲ੍ਹ ਹੀ ਬੁੱਕ ਕਰ ਲਈ ਸੀ ਜਿਹਦੇ ਕਰਕੇ ਮੈਂ ਜਿਹੜਾ ਔਨਲਾਈਨ 'ਚ ਨਹੀਂ ਲੱਗਣਾ ਪਏਗਾ ਅਤੇ ਮੈਂ ਸਿੱਧਾ ਜਿਹੜਾ ਐਂਟਰੀ ਜਿਹੜੀ ਆਪਣੀ ਸੀਟ ਦੇ ਵਿੱਚ ਮਾਰ ਸਕਦਾ ਬਿਨਾਂ ਕਿਸੇ ਪ੍ਰੋਬਲਮ ਤੋਂ ਅਤੇ ਹੋਪ ਫੋਰ ਦਾ ਬੈਸਟ ਕਿ ਜਿਹੜੀ ਮੂਵੀ ਵਧੀਆ ਹੋਏਗੀ ਅਤੇ ਮੈਂ ਬਾਹਰ ਆ ਕੇ ਤੁਹਾਨੂੰ ਜਿਹੜੇ ਰਿਵਿਊਜ਼ ਦੇਵਾਂਗਾ ਫਿਲਮ ਦੇ ਕਿੱਦਾਂ ਦੇ ਫਿਲਮ ਹੈ ਕਿੱਦਾਂ ਦੇ ਨਹੀਂ ਅਤੇ ਤਾਂ ਜੋ ਤੁਸੀਂ ਜਿਹੜੇ ਸਾਈਡ ਜਿਹੜੇ ਰਾਈਟ ਜਿਹੜੀ ਫੀਡਬੈਕ ਲੈ ਸਕੋ ਪੰਜਾਬੀ ਵਿੱਚ ਨਾਲੇ ਪਿਓਰ ਪੰਜਾਬੀ ਦੇ ਵਿੱਚ ਅਤੇ ਜਿਹੜਾ ਗਾਣਾ ਬੜਾ ਫੇਮਸ ਹੋ ਰਿਹਾ ਪਹਿਲੀ ਗੱਲ ਤਾਂ ਜਿਹੜਾ ਅਰਜਨ ਵੈਲੀ ਵਾਲਾ ਅਤੇ ਜਿਹਦੇ ਕਰਕੇ ਜਿਹੜੀ ਫਿਲਮ ਦੀ ਜ਼ਿਆਦਾ ਜਿਹੜੀ ਹਾਈ ਬਣ ਗਈ ਅਤੇ ਆਪਾਂ ਤਾਂ ਕਰਕੇ ਮੈਂ ਕਿਹਾ ਵੀ ਚਲੋ ਯਾਰ ਵੇਖਦੇ ਹਾਂ ਬੜੇ ਦਿਨ ਬਾਅਦ ਜਿਹੜਾ ਸਿਨੇਮਾ ਬਣਿਆ ਹੋਇਆ ਈਵੈਂਟ ਸਿਨੇਮਾ ਉਹ 3 ਫਲੋਰ 'ਤੇ ਬਣਿਆ ਹੋਇਆ ਅਤੇ ਪਹਿਲੇ ਫਲੋਰ ਮੋਲ ਦੂਜੇ ਦੇ ਮੋਲ ਦੂਜੇ ਦੇ ਜਿਹੜੇ ਦੁਕਾਨਾਂ ਬਣੀਆਂ ਹੋਈਆਂ 3 ਫਲੋਰ ਜਾ ਕੇ ਜਿਹੜਾ ਮੋਲ ਜਿਹੜਾ ਬਣਿਆ ਹੋਇਆ ਜਿਹੜਾ ਸਿਨੇਮਾ ਬਣਿਆ ਹੋਇਆ ਆਈਡੀ ਜੀ ਐਂਟਰੀ ਆ ਆਈਮੈਕਸ ਈਵੈਂਟ ਸਿਨੇਮਾ ਪਲੇ ਲਿਖਿਆ ਵੱਡਾ ਵੱਡਾ ਮੈਂ ਜਿਹੜਾ ਪੌੜੀਆਂ ਚੜ੍ਹ ਕੇ ਜਾ ਰਿਹਾ ਤੁਸੀਂ ਦੇਖ ਲਓ ਐਕਸੀਡੈਂਟ ਲੱਗੇ ਹੋਏ ਆ ਆਪਾਂ ਆ ਗਏ ਥੀਏਟਰ ਦੇ ਉੱਪਰ ਜਿਸ ਤੋਂ ਆਪਾਂ ਟਿਕਟ ਆਪਣੀ ਜਿਹੜੀ ਸਕੈਨ ਕਰ ਲਈ ਅਤੇ ਐਂਟਰੀ ਬੜੀ ਵਧੀਆ ਜਵਾਕਾਂ ਦੀ ਪਹਿਲਾਂ ਤਾਂ ਖੇਡਣਾ ਖਿਡੌਣੇ ਜਿਹੜੇ ਗੇਮਾਂ ਬਣੀਆਂ ਹੋਈਆਂ ਜਵਾਕਾਂ ਦੀ ਖੇਡਣ ਲਈ ਆਹ ਦੇਖੋ ਤਰ੍ਹਾਂ ਤਰ੍ਹਾਂ ਦੀ ਇੱਥੇ ਗੇਮਾਂ ਬਣੀਆਂ ਹੋਈਆਂ ਵਧੀਆ ਗੱਲ ਹੈ ਕਿ ਜਵਾਕਾਂ ਲਈ ਪੂਰੀ ਐਂਟਰਟੇਨਮੈਂਟ ਹੈ ਥੱਲੇ ਗਰਾਊਂਡ ਲੈਵਲ 'ਤੇ ਵੀ ਆਹ ਦੇਖੋ ਤੁਹਾਨੂੰ ਮੈਂ ਦਿਖਾ ਰਿਹਾ ਗੇਮਾਂ ਦਾ ਜਿਹੜਾ ਸੈਕਸ਼ਨ ਬਣਿਆ ਅਤੇ ਬੜਾ ਵਧੀਆ ਖੇਡਰ ਦੇ ਥੱਲੇ ਆਹ ਦੇਖੋ ਜੀ ਆਹ ਮਸ਼ੀਨ ਹਰ ਪਾਸ ਹੁੰਦੀ ਹੈ ਮੋਲ ਦੇ ਵਿੱਚ ਆਹ ਗ੍ਰੈਬ ਕਰਨ ਲਈ ਸਿੱਕਾ ਜਿਹਾ ਪਾ ਕੇ ਆਪਣਾ ਆਹ ਵੀ ਬਣੀ ਹੋਈ ਹੈ ਉੱਪਰ ਜਿਹੜਾ ਜਾ ਕੇ ਸਿਨੇਮਾ ਹੈਗਾ ਹਾਲੇ ਵੀ ਉੱਪਰ ਇੱਕ ਹੋਰ ਵਾਲੇ ਜਿਹੜਾ ਫਲੋਰ ਉੱਪਰ ਵਾਲੇ ਆਪਾਂ ਹੋਰ ਜਾਣਾ ਆਹ ਜਿਹੜੇ ਸਾਰੀਆਂ ਗੇਮਾਂ ਬਾਸਕਟਬਾਲ ਬਣੀ ਹੋਈ ਜਵਾਕਾਂ ਲਈ ਖੇਡਣ ਲਈ ਆਹ ਪਤਾ ਨਹੀਂ ਕੀ ਆਹ ਡਰਮ ਹੈ ਆਹ ਕਾਰ ਵਾਲੀ ਗੇਮ ਹੈਗੀ ਹੈ ਬੰਦਾ ਦੇਖੋ ਖੇਡ ਰਿਹਾ ਗੋਲੀਆਂ ਚਲਾ ਰਿਹਾ ਬੰਦੇ ਮਾਰ ਰਿਹਾ ਨਾਲੇ ਬੜਾ ਘੈਂਟ ਮੋਲ ਹੈ ਆਹ ਦੇਖੋ ਜੀ ਜਵਾਕਾਂ ਲਈ ਆਹ ਵੀ ਹੈਗੀ ਮੱਛੀਆਂ ਮੁੱਛੀਆਂ ਕਲੈਕਟ ਕਰਨ ਵਾਲੀ ਇੱਦਾਂ ਘੁੰਮਦੀ ਹੋਣੀ ਹੈ ਇਹ ਦੇਖੋ ਉਹਦੇ ਜਾਂਦੀ ਹੈ ਨਾ ਮਛਲੀ ਅਤੇ ਕਾਹ ਬਣੀ ਹੋਈ ਹੈ ਮਤਲਬ ਪੂਰੀ ਐਂਟਰਟੇਨਮੈਂਟ ਦਾ ਇੰਤਜ਼ਾਮ ਕੀਤਾ ਹੋਇਆ ਜੀ ਗੱਲ ਨਹੀਂ ਹੈਗੀ ਅਤੇ ਕਾਹ ਵੀ ਬਣਿਆ ਦੇਖੋ ਇੰਨਾ ਹੋਣਾ ਅਤੇ ਜਿਹੜੀ ਪਰਸਨਲ ਮੇਰੀ ਫੇਵਰੇਟ ਗੇਮ ਹੈ ਬਾਈਕ ਵਾਲੀ ਇੱਥੇ ਬਹਿ ਕੇ ਆਰਾਮ ਨਾਲ ਬਾਈਕ ਚਲਾਉਣ ਦਾ ਬੜਾ ਮਜ਼ਾ ਆਉਂਦਾ ਇੱਦਾਂ ਅਤੇ ਅੱਜ ਨਹੀਂ ਮੈਂ ਖੇਡ ਰਿਹਾ ਦੇਖੋ ਕਿੰਨਾ ਹੋਣਾ ਲੱਗ ਰਿਹਾ ਜਵਾਕਾਂ ਨੇ ਬੜੀ ਵਧੀਆ ਗੇਮ ਹੈ ਆਪਣੀ ਬੜੀ ਸੋਹਣੀ ਹੈ ਜੋ ਪੂਰਾ ਬਾਈਕ ਜਿਹੜਾ ਹਿਲਦਾ ਵੀ ਹੈ ਅਤੇ ਕਿੰਨਾ ਘੈਂਟ ਬਾਈਕ ਬਣਿਆ ਹੋਇਆ ਅਤੇ ਆਹ ਕਾਰ ਵਾਲੀ ਗੇਮ ਹੈਗੀ ਆ ਸਾਰਾ ਜਿਹੜੀ ਖੁਸ਼ੀ ਦਾ ਧਿਆਨ ਰੱਖਦੇ ਆ ਸਭ ਤੋਂ ਵਧੀਆ ਗੱਲ ਹੈ ਇੱਥੋਂ ਦੀ ਅਤੇ ਆ ਜੀ ਟਿਕਟ ਕਲੈਕਸ਼ਨ ਮਸ਼ੀਨ ਹੈਗੀ ਆ ਆਪਾਂ ਜਿਹੜੀ ਟਿਕਟ ਪਹਿਲਾਂ ਜਿਹੜੀ ਬਾਏ ਕਰ ਲਈ ਸੀ ਔਨਲਾਈਨ ਅਤੇ ਆਪਾਂ ਜਿਹੜੀ ਤਾਂ ਪੀਰੀਅਡ ਸਕੈਨ ਕਰਨ ਜਾ ਰਹੇ ਹਾਂ ਟਿਕਟ ਲੈਣ ਜਾ ਰਹੇ ਔਨਲਾਈਨ ਅਸੀਂ ਤਾਂ ਲਿਖਿਆ ਉਗਲਾ ਸਟੇ ਬੁਕਿੰਗ ਟਿਕਟ ਬਾਹਰ ਆ ਗਈ ਆਪਣੀ ਆਪਣੀ ਟਿਕਟ ਜਿਹੜੀ ਬਾਹਰ ਆ ਗਈ ਬੜੇ ਈਜ਼ੀ ਹੈ ਆ ਲਿਖਿਆ ਸਿਨੇਮਾ 4:545 ਦਾ ਜਿਹੜਾ ਸ਼ੋਅ ਆਪਣਾ ਆਪਾਂ ਇੱਥੇ ਐਂਟਰ ਹੋਣ ਚੱਲੇ ਹਾਂ ਆਪਾਂ ਥੀਏਟਰ ਦੇ ਵਿੱਚ ਉਹਨਾਂ ਦੇਖ ਲਈ ਅਤੇ ਆਹ ਜਿਹੜੀ ਜੀ ਐਂਟਰੀ ਹੋ ਚੱਲੀ ਹੈ ਥੀਏਟਰ ਦੇ ਆਪਾਂ ਟਿਕਟਾਂ ਲੈ ਲਈਆਂ ਅਤੇ ਆਪਾਂ ਚੱਲੇ ਜੀ ਸਿਨੇਮੇ ਦੇ ਵਿੱਚ ਮੂਵੀ ਦੇਖਣ ਲਈ
ਉੱਪਰ ਬੜਾ ਸੋਹਣਾ ਕੈਫੇ ਬਣਿਆ ਦੇਖ ਲਓ ਪੂਰਾ 360 ਤੁਹਾਨੂੰ ਜਿਹੜਾ ਵਿਊ ਦਿਖਾ ਰਿਹਾ ਜਿਹੜਾ ਮੇਰਾ ਫੇਵਰੇਟ ਵਿਊ ਹੈ ਆਹ ਡਾਇਮੰਡ ਸਿਨੇਮਾ ਦਾ ਜਿਹੜਾ ਪੂਰਾ ਥੀਏਟਰ ਦਾ ਮਾਹੌਲ ਹੈ ਨਿਊਜ਼ੀਲੈਂਡ ਦੇ ਸਿਨੇਮੇ ਬੜੀ ਘੈਂਟ ਉੱਪਰ ਪੁਲਿਸ 5 ਨਾਲ ਚੱਲ ਰਹੀ ਹੈ ਮੈਂ ਦੱਸਤਾ ਮੇਰਾ ਸਿਨੇਮਾ 4 ਹੈ ਅਤੇ ਜਿਹੜੇ ਟਿਕਟ ਵੀ ਚੈੱਕ ਹੁੰਦੀਆਂ ਉਸੇ ਲੈਵਲ ਦੇ ਬੰਦੇ ਖੜ੍ਹੇ ਆ ਆਪਾਂ ਸਿਨੇਮਾ 4 ਦੇ ਜਿਹੜੇ ਆਪਾਂ ਜਿਹੜੀ ਐਂਟਰੀ ਕਰਨ ਜਾ ਰਹੇ ਹਾਂ ਜਿਹੜੇ ਸਿਨੇਮਾ 4 ਹੈ ਜਿਹੜੇ ਸਾਰੇ ਸਿਨੇਮੇ ਬਣੇ ਹੋਏ ਆ ਸਿਨੇਮਾ 6, 7, 7, 8, 2, 3, 4, 5, 6 ਆਪਣਾ ਜਿਹੜਾ ਸਿਨੇਮਾ 4 ਹੈ ਅਤੇ ਆਪਾਂ ਜਿਹੜੇ ਸਿਨੇਮਾ 4 ਦੇ ਜਿਹੜੀ ਆਪਾਂ ਜਿਹੜੀ ਐਂਟਰੀ ਲੈਣ ਜਾ ਰਹੇ ਹਾਂ ਜੀ ਆਹ ਦੇਖ ਲਓ ਤੁਸੀਂ ਆਹ ਬਣਾਇਆ ਜਿਹੜਾ 6 ਸੈਕਸ਼ਨ ਹੈ ਸੀਟਾਂ ਦਾ ਬੜਾ ਸੋਹਣਾ ਸਾਰੇ ਲੋਕ ਜਿਹੜਾ ਫਿਲਮ ਦੇ ਸਟਾਰਟ ਹੋਣ ਦਾ ਵੇਟ ਕਰ ਰਹੇ ਸੀਗੇ ਅਤੇ ਜਿਵੇਂ ਸ਼ੋਅ ਹੋ ਰਿਹਾ ਸੀ ਔਨਲਾਈਨ ਉਵੇਂ ਦੋਵੇਂ ਰਸ਼ ਸੀਗਾ ਪੂਰਾ ਦਾ ਪੂਰਾ ਇੱਥੇ ਵਧੀਆ ਇਹ ਗੱਲ ਹੈ ਕਿ ਫਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਨਾ ਉੱਪਰ ਜਿਹੜੀ ਐਡ ਆਉਂਦੀ ਹੈ ਇਹਦੇ ਵਿੱਚ ਵੱਡੀ ਸਕਰੀਨ ਦੇ ਉੱਪਰ ਕਿ ਪਲੀਜ਼ ਸਵਿਚ ਆਫ ਯੋਰ ਫੋਨਸ ਅਤੇ ਤਾਂ ਕਰਕੇ ਸਾਰੇ ਲੋਕ ਜਿਹੜੇ ਸਾਰਾ ਆਪਣਾ ਜਿਹੜਾ ਫੋਨ ਬੰਦ ਕਰ ਦਿੰਦੇ ਆ ਇਹ ਵਧੀਆ ਗੱਲ ਇੱਥੋਂ ਦੀ ਫਾਈਨਲੀ ਜਿਹੜਾ ਮੈਂ ਮੂਵੀ ਦੇਖ ਕੇ ਬਾਹਰ ਆ ਗਿਆ ਸੀ ਤੁਸੀਂ ਰਸ਼ ਵੇਖ ਸਕਦੇ ਹੋ ਵੀ ਕਿੰਨਾ ਰਸ਼ ਸੀ ਥੀਏਟਰ ਦੇ ਵਿੱਚ ਲੋਕ ਜਿਹੜੇ ਘਰ ਆ ਰਹੇ ਹੁਣ ਤੁਸੀਂ ਦੇਖ ਸਕਦੇ ਹੋ ਜਦੋਂ ਥੀਏਟਰ ਖਾਲੀ ਹੋਇਆ ਤਾਂ ਅਤੇ ਬੜਾ ਵਿੱਚੋਂ ਹਾਸਾ ਖੇਡਾ ਬਹੁਤ ਸੀ ਮੂਵੀ ਦੇ ਵਿੱਚ ਅਤੇ ਕਮੇਡੀ ਬਹੁਤ ਹੈਗੀ ਹੈ ਵਿੱਚ ਵਿੱਚ ਹੱਸਦੀ ਥੋੜ੍ਹੀ ਥੋੜ੍ਹੀ ਹਲਕੀ ਹਲਕੀ ਅਤੇ ਨਾਲ ਹੀ ਮੂਵੀ ਸੀਰੀਅਸ ਬਹੁਤ ਇੱਕ ਘੰਟੇ ਤੱਕ ਮੂਵੀ ਬਹੁਤ ਜ਼ਿਆਦਾ ਸੀਰੀਅਸ ਵੀ ਹੈਗੀ ਹੈ ਅਤੇ ਜ਼ਰੂਰ ਜਿਹੜੇ ਲੋਕ ਕੁਝ ਨਾ ਕੁਝ ਸਿੱਖ ਕੇ ਜਾ ਰਹੇ ਹੋਣੇ ਮੂਵੀ ਦੇਖ ਕੇ ਅਤੇ ਫਿਲਮ ਜਿਹੜੀ ਜੀ ਖਤਮ ਹੋ ਗਈ ਬੜੀ ਤਕੜੀ ਫਿਲਮ ਸੀ ਬੜਾ ਹੀ ਤਕੜਾ ਮਤਲਬ ਐਕਸ਼ਨ ਹੈ ਮੂਵੀ ਦੇ ਵਿੱਚ ਬਹੁਤ ਤਕੜਾ ਅਤੇ ਫਾਈਟ ਬੜੀ ਤਕੜੀ ਹੋਈ ਹੈ ਸਾਰੇ ਲੋਕ ਬੜੇ ਹੱਸਿਆ ਵਿੱਚ ਹੱਸ ਖੇਡਣ ਲਈ ਮੂਵੀ ਬੜੀ ਹੈ ਲੋਕਾਂ ਨੂੰ ਬੜਾ ਹਾਸਾ ਵੀ ਬੜਾ ਆਏਗਾ ਅਤੇ ਨਾਲ ਨਾਲ ਜਿਹੜੀ ਮੂਵੀ 18+ ਹੈ ਜੀ ਪਹਿਲਾਂ ਤੁਹਾਨੂੰ ਦੱਸਦਾ ਮੈਂ ਅਤੇ 18+ ਮੂਵੀ ਹੈ ਅਤੇ ਬੋਬੀ ਦਿਓਲ ਦੀ ਐਕਟਿੰਗ ਸਾਰਿਆਂ ਦੀ ਐਕਟਿੰਗ 10 out of 10 ਹੈ ਸਪੈਸ਼ਲੀ ਰਣਬੀਰ ਕਪੂਰ ਦੀ ਇੱਦਾਂ ਦੀ ਫਿਲਮ ਕਦੀ ਕਦੀ ਆਉਂਦੀ ਭਰਾ ਜ਼ਰੂਰ ਵੇਖ ਕੇ ਆਓ ਮੈਂ ਤਾਂ ਇਹੀ ਸਾਰਿਆਂ ਨੂੰ ਕਹਿੰਦਾ ਅਤੇ ਬਾਕੀ ਜੀ ਅੱਜ ਦਾ ਦਿਨ ਵਧੀਆ ਰਿਹਾ ਅਤੇ ਮੂਵੀ ਐਂਟਰਟੇਨ ਹੈ ਪੂਰੀ ਦੀ ਪੂਰੀ 10 out of 10 ਹੈ ਤੁਹਾਨੂੰ ਦੱਸਤਾ ਸਿੱਧੇ ਸੇਫ ਸਟੇਜ ਫੋਰ ਮੈਂ ਕੁੜੀ ਦੀ ਐਕਟਿੰਗ ਬੜੀ ਸੋਹਣੀ ਜਿਹੜੀ ਹੀਰੋਇਨ ਆਈ ਸੀ ਨਾਲ ਉਹਦੇ ਨਾਲ ਅਤੇ ਬਾਕੀ ਸਾਰਿਆਂ ਨੂੰ ਆਪਾਂ ਮਿਲਦੇ ਹਾਂ ਕੋਈ ਹੋਰ ਜ਼ਿੰਦਗੀ ਨਵੇਂ ਪਲਾਂ ਦੇ ਨਾਲ ਫੋਰ ਟਾਈਮਿੰਗ ਅੱਜ ਟੇਕ ਕੇ ਗੋਡ ਬਲੈਸ ਯੂ ਹੈਵ ਗੁੱਡ ਵਨ ਮੈਂ ਥੱਕ ਬਹੁਤ ਗਿਆ ਅੱਜ ਅਤੇ ਹੁਣ ਮੈਂ ਚੱਲਿਆ ਜੀ ਘਰ ਟੇਕ ਕੇਅਰ